ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਹੁਣੇ-ਹੁਣੇ ਅਮਰੀਕਾ 'ਚ ਲੱਗੇ ਲਾਸ਼ਾਂ ਦੇ ਢੇਰ 100 ਤੋਂ ਜ਼ਿਆਦਾ ਗੱਡੀਆਂ ਟਕਰਾਈਆਂ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦਿਓ ਸਿਰਪਾਰਤ ਹੀ ਨਹੀਂ ਵਿਦੇਸ਼ਾਂ 'ਚ ਵਿਜੇਹ ਸੜਕੀ ਹਾਦਸੇ ਵਾਪਰਦੇ ਨੇ ਜਿਸ ਤੋਂ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਏ ਲਗਾਤਾਰ ਵਾਪਰਦੇ ਨਾਹਸਿਆਂ 'ਚ ਕਈ ਗੱੜ ਉੱਜੜ ਰਹੇ ਨੇ ਅਤੇ ਕਈਆਂ ਦੇ ਆਪਣੇ ਉਹਨਾਂ ਤੋਂ ਦੂਰ ਹੋ ਰਹੇ ਨੇ ਇਨ੍ਹਾਂ ਹਾਸਿਆਂ ਦੇ ਪਿੱਛੇ ਗਲਤੀਆਂ ਸਾਡੀਆਂ ਆਪਣੀਆਂ ਨੇ ਜੋ ਅਸੀਂ ਇਨ ਹਾਸਿਆਂ ਦੇ ਆਏ ਦਿਨ ਸ਼ਿਕਾਰ ਹੁੰਦੇ ਹਾਂ ਵਿਦੇਸ਼ 'ਚ ਇੱਕ ਜੇਹੇ ਘਟਨਾ ਵਾਪਰੀ ਜਿਸ ਨੇ ਪੁਲਿਸ ਦੇ ਨਾਲ ਨਾਲ ਲੋਕਾਂ ਨੂੰ ਵੀ ਭਾਜੜਾ 'ਚ ਪਾ ਦਿੱਤਾ ਅਮਰੀਕਾ ਦੇ ਵਿੱਚ ਇੱਕ ਭਿਆਨਕ ਹਾਸਾ ਵਾਪਰਿਆ ਜਿੱਥੇ 100 ਗੱਡੀਆਂ ਆਪਸ 'ਚ ਜਾ ਟਕਰਾਈਆਂ ਅਤੇ ਕਈਆਂ ਨੂੰ ਆਪਣੀ ਜਾਨ ਤੋਂ ਹੱਤ ਹੋਣਾ ਪਿਆ ਇਸ ਆਸਅਜਿ ਕਈ ਗੰਭੀਰ ਰੂਪ ਚ ਜ਼ਖਮੀ ਹੋ ਅਮਰੀਕਾ ਦੇ ਟੈਕਸਾਸ ਚ ਇੱਕ ਵੱਡੀ ਘਟਨਾ ਵਾਪਰੀ ਜਿਸ ਸਿਥੇ ਕਈ ਵਾਹਨ ਆਪਸ ਚ ਟਕਰਾ ਗਏ ਡਲਾਸ ਤੋਂ 50 ਕਿਲੋਮੀਟਰ ਯੂਨਾਈਟਿਡ ਸਟੇਟ ਦੇ ਫੋਰਟਵਰਥ ਸੇ ਇਹ ਦਰਨਾ ਘਟਨਾ ਵਾਪਰੀ ਇਥੇ ਸੇ ਲੋਕਾਂ ਨੇ ਆਪਣੀ ਜਾਨ ਨੂੰ ਹੱਥ ਤੋਣਾ ਪਿਆ ਤੇ ਬਾਕੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਤੇਜ਼ ਮੀਂਹ ਦੀ ਵਜ੍ਹਾ ਨਾਲ ਉਥੇ ਕਈ ਵਾਹਨ ਆਪਸ ਚ ਟਕਰਾ ਗਏ ਇੱਕ ਦੂਜੇ ਨਾਲ ਤੇਜ਼ ਰਫਤਾਰ ਦੀ ਵਜ੍ਹਾ ਨਾਲ ਇਹ ਇਹ ਹਾ사 ਵਾਪਰਿਆ ਮੀ ਪੈਨ ਦੀ ਵਜ੍ਹਾ ਨਾਲ ਸੜਕ ਗਿੱਲੀ ਸੀ ਇੱਕ ਤੋਂ ਇੱਕ ਬਾਅਦ ਵਾਹਨ ਇਸ ਨਾਲ ਟਕਰੌਂਦਾ ਗਿਆ ਜਿਸ ਦੇ ਚੱਲਦੇ ਹੋਏ 6 ਲੋਕ ਮਾਰ ਗਏ ਅਤੇ ਕਈ ਗੰਭੀਰ ਰੂਪ ਚ ਜ਼ਖਮੀ ਹੋ ਗਏ ਬਚਾਓ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ ਕੱਢਾ ਵਾਪਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਆਪਣੇ ਕੰਮ ਵਿੱਚ ਜੁੱਟ ਗਈ ਹੈ ਜੀ ਕਰਿਓਗਾ ਕਿ 100 ਗੱਡੀਆਂ ਦਾ ਆਪਸ ਟਕਰਾ ਜਾਮ ਤੋਂ ਬਾਅਦ ਸੜਕ ਇਸ ਤਰ੍ਹਾਂ ਲੱਗ ਰਹੀ ਹੈ ਜਿਵੇਂ ਕਿਸੇ ਕਬਾੜ ਚ ਤੁਸੀਂ ਗਏ ਹੋ ਪੂਰੀ ਘਟਨਾਮ ਪੂਰੀ ਸੜਕ ਤੇ ਦੇਖਣ ਚ ਕਬਾੜ ਲੱਗ ਰਹੀ ਸੀ ਤੇ ਗੱਡੀਆਂ ਦੇ ਢੇਰ ਲੱਗ ਰਿਹਾ ਹੈ ਦੂਜੇ ਪਾਸੇ ਫੋਰ ਵਿਭਾਗ ਦਾ ਕਹਿਣਾ ਹੈ ਕੀ ਬਹੁਤ ਸਾਰੇ ਲੋਗਾ ਜੇ ਵੀ ਮਲਬੇ ਹੇਰ ਦੱਪੇ ਹੋਏ ਹਨ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ ਬਾਕੀ ਲੋਕਾਂ ਨੂੰ ਹਸਪਤਾਲ ਤੇ ਭੇਜਿਆ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉੱਪਰ ਦੇਰੀ ਬਚਾਓ ਕਾਰਜ ਵੀ ਸ਼ੁਰੂ ਕੀਤੇ ਗਏ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ